ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਇੱਕ ਵੱਡਾ ਕਾਫਲਾ ਕਿਸਾਨ ਮੋਰਚੇ ਵਿੱਚ ਹਿੱਸਾ ਲੈਣ ਲਈ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਂਕ ਮਹਿਤਾ ਤੋਂ ਅੰਮ੍ਰਿਤ ਵੇਲੇ ਅਰਦਾਸ ਕਰਨ ਦੇ ਉਪਰੰਤ ਦਿੱਲੀ ਲਈ ਰਵਾਨਾ ਹੋ ਗਿਆ। जिन्हें भी सिंह ने जयकारे छड़ते हुए रवानगी कर रहे ने जयकारे छड़ रहे ने गड्डिया के केसरी निशान ने जित के निशान ने और उम्मीद है कि सिंघू बॉर्डर से गाजीपुर बॉर्डर से ऐसे ही तरीके दे नाल किसानों के बीच ये जोश भर के इस मोर्चे को अंतम चोहा देने का जो अपना किरदार है वो अदा कर। बहुत वड्डा गड्डिया का काफला केसरी निशान चल रहे हैं कोरोना तो इलावा भी एक बार किसानी के निशान भी लगे हुए तो रवानगी हो चुकी है सिंघू बॉर्डर के लिए गाजीपुर बॉर्डर के लिए तो जयकारे की धूप के बीच अभी देख रहे गड्डिया का बहुत वड्डा काफला रवाना होया तो ये गड्डिया जड़िया देख पा रहे हो संतपा हनुमान जी की खासा ਪਿੰਡਰਾਂ ਵਾਲੇ ਉਹਨਾਂ ਵੱਲੋਂ ਇਹ ਜੋ ਗੱਡੀਆਂ ਇੱਥੋਂ ਹੈੱਡਕੁਆਰਟਰ ਤੋਂ ਚੱਲੀਆਂ ਨੇ ਹੈੱਡਕੁਆਰਟਰ ਚੰਦਨੀ ਚਟਕਾਲ ਰਹਿਤਾ ਤੋਂ ਸੰਤ ਮਹਾਂਪੁਰਖਾਂ ਦੇ ਨਾਲ ਚੰਦਨੀ ਚਟਕਾਲ ਦੇ ਜਿਦਾਰੀ ਜੋਧੇ ਇਹਨਾਂ ਗੱਡੀਆਂ ਦੇ ਵਿੱਚ ਸਵਾਰ ਨੇ ਅੱਜ ਕਿਸਾਨੀ ਮੋਰਚੇ ਨੂੰ ਬਹੁਤ ਵੱਡਾ ਬਲ ਮਿਲਣ ਵਾਲਾ ਹੈ। ਅੱਜ ਕਿਸਾਨੀ ਮੋਰਚੇ ਦੇ ਵਿੱਚ ਜਿਵੇਂ ਹੀ ਇਹ ਜਥੇ ਪਹੁੰਚਣਗੇ ਜਿਵੇਂ ਹੀ ਇਹਨਾਂ ਦੀ ਸ਼ਮੂਲੀਅਤ ਹੋਏਗੀ ਜੈਕਾਰੇ ਦੀ ਗੁਰੂ ਦੇ ਨਾਲ ਇਹਨਾਂ ਦਾ ਸਵਾਗਤ ਵੀ ਹੋਏਗਾ ਔਰ ਨਾਲ ਦੀ ਨਾਲ ਕਿਸਾਨੀ ਸੰਘਰਸ਼ ਨੂੰ ਬਹੁਤ ਵੱਡਾ ਬਲ ਮਿਲੇਗਾ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਹੁਣ ਕਿਸਾਨੀ ਸੰਘਰਸ਼ ਜਿੱਤ ਦੇ ਬੇਹੱਦ ਔਰ ਬਹੁਤ ਹੀ ਜੀ 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 ਸੋ ਅਸੀਂ ਦੇਖ ਪਾ ਰਹੇ ਹਾਂ ਕਿ ਨਾਲ ਦੀ ਨਾਲ ਜੱਥੇ ਜਿੰਨੇ ਵੀ ਸਿੰਘ ਨੇ ਜੈਕਾਰੇ ਛੱਡਦੇ ਹੋਏ ਰਵਾਨਗੀ ਕਰ ਰਹੇ ਨੇ ਜੈਕਾਰੇ ਛੱਡ ਰਹੇ ਨੇ ਗੱਡੀਆਂ ਦੇ ਕੇਸਰੀ ਨਿਸ਼ਾਨ ਨੇ ਜਿੱਤ ਦੇ ਨਿਸ਼ਾਨ ਨੇ ਔਰ ਉਮੀਦ ਹੈ ਕਿ ਸਿੰਘੂ ਬਾਰਡਰ 'ਤੇ ਗਾਜ਼ੀਪੁਰ ਬਾਰਡਰ 'ਤੇ ਇਸੇ ਹੀ ਤਰੀਕੇ ਦੇ ਨਾਲ ਕਿਸਾਨਾਂ ਦੇ ਵਿੱਚ ਇਹ ਜੋਸ਼ ਭਰ ਕੇ ਇਸ ਮੋਰਚੇ ਨੂੰ ਅੰਤਮ ਚੋਹਾ ਦੇਣ ਦਾ ਜਿਹੜਾ ਆਪਣਾ ਕਿਰਦਾਰ ਹੈ ਉਹ ਅਦਾ ਕਰਦਾ।